ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਹ ਵੇਲਾ ਹੈਗਾ ਭਾਈ ਸਾਹਿਬ ਦੇ ਨਾਲ ਖੜਨ ਦਾ, ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਦਾ, ਫਿਰ ਬਾਅਦ ਚ ਕੋਈ ਪਛਤਾਉਣ ਦਾ ਫਾਇਦਾ ਨਹੀਂ ਹੋਊਗਾ। ਇਹੋ ਜਿਹੇ ਸੂਰਮੇ ਬਾਰ ਬਾਰ ਨਹੀਂ ਮਿਲਦੇ ਕੌਮ ਨੂੰ, ਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਣੇ ਘਰਾਂ ਤੋਂ ਬਾਹਰ ਨਿਕਲੋ, ਸੜਕਾਂ ਤੇ ਨਿਕਲੋ, ਜਿਵੇਂ ਵੀ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਮੈਂ ਪ੍ਰੋਟੈਸਟ ਕਰੋ, ਭਾਈ ਸਾਹਿਬ ਦਾ ਸਾਥ ਦੇਹੋ। ਤੇ ਸੰਭੂ ਟੋਲ ਟੈਕਸ ਦੇ ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ 4 ਵਜੇ ਸੰਭੂ ਟੋਲ ਟੈਕਸ ਤੇ ਇਕੱਠੇ ਹੋ। ਸਾਨੂੰ ਇਨਫੋਰਮੇਸ਼ਨ ਆਈ ਸੀ ਅਤੇ ਅਸੀਂ ਸੋਸ਼ਲ ਮੀਡੀਆ ਨੂੰ ਵੀ ਸਾਈਬਰ ਸੈੱਲ ਜਿਹੜੇ ਆ ਮੋਨੀਟਰ ਕਰਦੇ ਆ। ਨਵਦੀਪ ਜਲਬੇੜਾ ਜਿਹੜਾ ਇਹ ਸ਼ੱਕ ਸੀਗਾ, ਇਹਨੇ ਸ਼ੰਭੂ ਬੈਰੀਅਰ ਆਪਣੇ ਕੁਛ ਸਾਥੀਆਂ ਨਾਲ ਮਿਲ ਕੇ ਜਾਮ ਕਰਨ ਦੀ ਕਾਲ ਦਿੱਤੀ ਸੀ। ਉਸ ਕਾਲ 'ਚ ਇਹਨੇ ਇਹ ਵੀ ਕਿਹਾ ਸੀ ਕਿ ਇੱਕ ਪਰਟੀਕੁਲਰ ਕਿਸੇ ਪਰਸਨ ਦਾ ਨਾਂ ਲੈ ਕੇ ਕਿ ਉਹਦੇ ਸਪੋਰਟ 'ਚ ਅਸੀਂ ਸ਼ੰਭੂ ਬੈਰੀਅਰ ਜਿਹੜਾ ਹੈ ਜਾਮ ਕਰਾਂਗੇ। ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸ਼ੰਭੂ ਬੈਰੀਅਰ ਪਟਿਆਲਾ ਦਾ ਐਂਟਰੀ ਆ, ਗੇਟਵੇ ਟੂ ਪੰਜਾਬ ਆ। ਪਟਿਆਲਾ ਪੁਲਿਸ ਕਿਸੇ ਵੀ ਹਾਲਤ 'ਚ ਕੋਈ ਵੀ ਇਹੋ ਜਿਹੀ ਸ਼ਰਾਰਤ ਨਹੀਂ ਹੋਣ ਦਊਗੀ ਜਿਹਦੇ ਕਰਕੇ ਸ਼ੰਭੂ ਬੈਰੀਅਰ ਵਗੈਰਾ ਜਾਮ ਹੋਵੇ ਅਤੇ ਪਬਲਿਕ ਇਨਕਨਵੀਨੀਅੰਸ ਹੋਵੇ। ਜਦੋਂ ਇੰਟੀਮੇਸ਼ਨ ਆਈ ਤਾਂ ਨਾਲ ਦੇ ਨਾਲ ਮੈਂ SPD ਅਤੇ DSP ਘਨੌਰ SHO ਸ਼ੰਭੂ ਅਸੀਂ ਸਾਰੇ ਮੌਕੇ 'ਤੇ ਪਹੁੰਚੇ। ਜਿਹੜੇ 70-80 ਨੌਜਵਾਨ ਉੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਡਿਸਪਰਸ ਕੀਤਾ ਗਿਆ। ਜਿਹੜੇ ਉਹਨਾਂ ਦੇ ਦੋ ਮੁੱਖ ਲੀਡਰ ਸੀਗੇ ਜਿਨ੍ਹਾਂ 'ਚੋਂ ਇੱਕ ਨਵਦੀਪ ਜਲਵੇੜਾ ਸੀਗਾ, ਇੱਕ ਦੂਜਾ ਸਾਥੀ ਸੀਗਾ ਉਹਦਾ, ਉਹਨਾਂ ਨੂੰ 157 'ਚ ਪ੍ਰੀਵੈਂਟਿਵ ਡਿਟੇਨ ਕਰਕੇ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਗਿਆ। ਸਰ, ਜ਼ਿਲ੍ਹਾ ਪਟਿਆਲੇ ਦੇ ਵਿੱਚ ਹੁਣ ਤੱਕ ਕਿੰਨੇ ਕੁ ਗ੍ਰਿਫਤਾਰ ਕੀਤੇ ਨੇ ਜਿਹੜੇ ਪੰਜਾਬ ਦੇ ਨਾਲ ਜੁੜੇ ਕੇ ਸੀ ਜਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਕਰ ਰਹੇ ਸੀ, ਧਰਨੇ ਲਾ ਰਹੇ ਸੀ ਪਟਿਆਲੇ ਜ਼ਿਲ੍ਹੇ ਦੀ? ਦੇਖੋ, ਮੈਂ ਕਿਸੇ ਪਰਟੀਕੁਲਰ ਜਥੇਬੰਦੀ ਦਾ ਨਾਂ ਨਹੀਂ ਲੈਣਾ, ਪਰ ਪਿਛਲੇ 4 ਦਿਨਾਂ 'ਚ ਅਸੀਂ 7 ਜਣੇ ਜਿਹੜੇ ਆ ਜਿਹੜੇ ਸਮਾਜ ਵਿਰੋਧੀ ਸੀਗੇ ਅਤੇ ਸ਼ਰਾਰਤ ਕਰਕੇ ਲੋਅ ਐਂਡ ਆਰਡਰ ਖਰਾਬ ਕਰ ਸਕਦੇ ਸੀ, ਉਹਨਾਂ ਨੂੰ ਪ੍ਰੀਵੈਂਟਿਵ ਸੈਕਸ਼ਨਸ ਆਫ CRPC ਦੇ ਅੰਡਰ ਅਰੈਸਟ ਕਰਕੇ ਜੁਡੀਸ਼ੀਅਲ ਕਸਟਡੀ 'ਚ ਭੇਜਿਆ। ਮੈਂ ਦੁਬਾਰਾ ਪਟਿਆਲਾ ਦੇ ਸਾਰੇ ਸਿਟੀਜ਼ਨਸ ਨੂੰ ਇਨਸ਼ੋਰ ਕਰਦਾ ਜੀ, ਲੋਅ ਐਂਡ ਆਰਡਰ ਇਜ਼ ਟੋਟਲੀ ਅੰਡਰ ਆਰ ਕੰਟਰੋਲ। ਕਿਸੇ ਪ੍ਰਕਾਰ ਦੇ ਕਿਸੇ ਰਿਊਮਰ 'ਤੇ, ਕਿਸੇ ਭੜਕਾਊ ਭਾਸ਼ਣ 'ਤੇ, ਕਿਸੇ ਅਫਵਾਹ 'ਤੇ ਬਿਲੀਵ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ। ਪਟਿਆਲਾ ਪੁਲਿਸ ਦਾ ਹਰੇਕ ਜਵਾਨ ਬੜੀ ਤਨਦੇਹੀ ਨਾਲ ਪਟਿਆਲਾ ਜ਼ਿਲ੍ਹੇ ਦੀ ਹਰੇਕ ਡਿਊਟੀ ਨੂੰ ਬੜੇ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ। ਅਤੇ ਮੈਂ ਇਹ ਵੀ ਗੁਜ਼ਾਰਿਸ਼ ਕਰਦਾ ਹਾਂ ਕਿ ਜੇਕਰ ਕੋਈ ਵੀ ਭੜਕਾਊ ਭਾਸ਼ਣ ਜਾਂ ਕੋਈ ਅਫਵਾਹ ਤੁਹਾਡੇ ਧਿਆਨ 'ਚ ਆਉਂਦੀ ਆ, ਉਹਨੂੰ 95-929-12-500, 112-181 ਜਿਹੜੀ ਸਾਡੀ 3 ਹੈਲਪਲਾਈਨਾਂ ਚੱਲਦੀਆਂ ਨੇ ਉਹਦੇ ਥਰੂ ਵੈਰੀਫਾਈ ਕਰ ਲਿਆ ਜਾਵੇ। ਵੀ ਆਰ ਕਮਿਟਡ ਟੂ ਮੇਨਟੇਨ ਦੀ ਲੋਅ ਐਂਡ ਆਰਡਰ ਇਨ ਡਿਸਟ੍ਰਿਕਟ ਪਟਿਆਲਾ। ਅਸਰ, ਸੋਸ਼ਲ ਮੀਡੀਆ ਦੇ ਜਿਹੜੇ ਕੋਈ ਚੈਨਲ ਬਣਾ ਕੇ ਉਹ ਵੀ ਕਾਫੀ ਵਾਰਨਿੰਗਸ ਵਾਲੀਆਂ ਜਾਂ ਇੱਕ ਦੂਜੇ ਨੂੰ ਦੇਖਣ ਵਾਲੀਆਂ ਵੀਡੀਓ ਜਿਹੜੀਆਂ ਵਾਇਰਲ ਕਰ ਰਹੇ ਨੇ ਉਹ ਕਾਰਵਾਈ ਕੀਤੀ ਜਾਂਦੀ? ਅਸੀਂ ਦੇਖੋ ਜੀ, ਸਾਡਾ ਜਿਹੜਾ ਸੋਸ਼ਲ ਮੀਡੀਆ ਸੈੱਲ ਬਣਿਆ ਆ, ਅਸੀਂ ਸ਼ਾਰਟਲਿਸਟ ਕਰ ਰਹੇ ਹਾਂ ਕਿ ਕਿਹੜੇ ਲੋਕੀ ਭੜਕਾਊ ਭਾਸ਼ਣ ਦੇ ਰਹੇ ਆ, ਕੋਈ ਅਫਵਾਹਾਂ ਫੈਲਾ ਰਹੇ ਆ, ਅਤੇ ਬਹੁਤ ਛੇਤੀ ਜ਼ਾਬਤੇ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲੈ ਕੇ ਆਵਾਂਗੇ। ਥੈਂਕ ਯੂ।